ਨਾਮ ਜੀ ਪ੍ਰਦੀਪ ਕੁਮਾਰ ਪ੍ਰਦੀਪ ਜੀ ਜਿਹੜਾ ਇਹ ਚਿੰਦਪੁਰਨੀ ਰਾਹ ਦੇ ਵਿੱਚ ਜਿਹੜਾ ਲੰਗਰ ਲਗਾਇਆ ਜਾ ਰਿਹਾ ਵਾ ਕੀ ਕਹਿਣਾ ਚਾਹੋਗੇ ਇਹ ਲੋਹ ਪਿੰਡ ਵਾ ਜੀ ਚਿੰਦਪੁਰਨੀ ਤੋਂ 8 ਕਿਲੋਮੀਟਰ ਪਿੱਛੇ ਹੈ ਜੀ ਬੰਬੇ ਤੋਂ 3 ਕਿਲੋਮੀਟਰ ਅੱਗੇ ਇਹ ਹਰ ਸਾਲ ਇਹ ਭੰਡਾਰਾ ਚੱਲਦਾ ਇੱਥੇ ਜੀ ਸਾਨੂੰ ਚੌਥਾ ਸਾਲ ਹੋ ਗਿਆ ਜੌਨ ਲਾਉਂਦੇ ਆ ਇਹ ਮਾਤਾ ਰਾਣੀ ਦੀ ਕਿਰਪਾ ਨਾਲ ਇਹ ਚੌਥਾ ਭੰਡਾਰਾ ਇਸ ਵਾਰੀ ਖੁੱਲੇ ਖੁੱਲੇ ਭੰਡਾਰੇ ਚੱਲਦੇ ਉਹਦੇ ਖੁੱਲਾ ਚੱਲਦਾ ਵਾ ਕਿਹੜੀ ਸੰਸਥਾ ਵੱਲੋਂ ਲਾਇਆ ਜਾਂਦਾ ਇਹ ਜੈਮਾ ਸ਼ਿਲਮਤ ਕਰਨ ਕਰਕੇ ਵੱਡੀ ਨਕੋਸਰ ਤੇ 24 ਘੰਟੇ ਦੇ ਅੰਦਰ ਦਾ ਭੰਡਾਰਾ ਵਾ ਜੀ ਦੁੱਧ ਦੇਸੀ ਘਿਓ ਤਿਆਰ ਹੁੰਦਾ ਸਾਰਾ ਭੰਡਾਰਾ ਹੈ ਕੋਈ ਵੀ ਇੱਦਾਂ ਦੀ ਚੀਜ਼ ਮਤਲਬ ਕੋਈ ਵੀ ਹਰ ਆਈਟਮ ਦੇਸੀ ਘਿਓ ਜੀ ਤਿਆਰ ਕਰਦੇ ਆ ਜੀ ਇਹ ਦਿਨ ਰਾਤ ਚੱਲਦਾ 24 ਘੰਟੇ ਦਿਨ ਰਾਤ ਜੀ ਕਿੰਨੇ ਦਿਨ ਇਹ 5 ਦਿਨ ਤੇ 22 ਤਰੀਕ ਤੋਂ ਲੈ ਕੇ 27 ਤੱਕ ਅੱਜ ਸਾਡੇ ਜਾਗਰਣ ਵੀ ਅੱਜ ਸਮਾਪਤੀ ਜੀ ਆ ਭੰਡਾਰੇ ਦੀ ਕਿਹੜੀ ਪਾਰਟੀ ਆ ਰਹੀ ਅੱਜ ਅੱਜ ਸੋਨੂ ਮਹੰਤ ਜੀ ਨੂੰ ਪੁੱਤਰ ਵਾਲੇ ਅਸ਼ੋਕ ਮਹੰਤ ਅਸ਼ੋਕ ਕੁਮਾਰ ਜੈਨ ਜੀ ਸ਼ਾਹਕੋਟ ਵਾਲੇ ਇਹਨੂੰ ਆ ਰਹੇ ਆ ਸ਼ਾਮ ਨੂੰ ਰਾਤ ਨੂੰ ਠੀਕ